ਸਟੈਨ ਨੇ ਡੌਕਯਾਰਡ ਅਪਰੈਂਟਿਸਸ਼ਿਪ ਕੀਤੀ ਅਤੇ ਫਿਰ ਇਲੈਕਟ੍ਰੀਕਲ ਇੰਜੀਨੀਅਰ ਬਣ ਗਿਆ ਫਿਰ ਉਸ ਨੂੰ ਐਨ ਐਚ ਐਸ ਵਿੱਚ ਨੌਕਰੀ ਮਿਲ ਗਈ ਉਸਨੇ ਨੌਕਰੀ ਨੂੰ ਚੰਗੀ ਤਰ੍ਹਾਂ ਅਪਣਾ ਲਿਆ ਤੇ ਥਾਮਸ ਹਸਪਤਾਲ ਦੇ ਮੈਡੀਕਲ ਸਾਜ਼ੋ ਸਮਾਨ ਦੀ ਦੇਖਭਾਲ ਕਰਨ ਲੱਗਾ ਸਟੈਨ ਬਾਗਬਾਨੀ ਦਾ ਬੜਾ ਸ਼ੌਕੀਨ ਸੀ ਉਹ ਬਹੁਤ ਸਾਰੀਆਂ ਸਬਜ਼ੀਆਂ ਤੇ ਹਰ ਖਾਣ ਵਾਲੀ ਚੀਜ਼ ਉਗਾਉਂਦਾ ਸੀ ਤੇ ਉਹ ਟੇਬਲ ਟੈਨਿਸ ਖੇਡਦਾ ਸੀ ਜੋ ਉਸਦੀ ਪਿਆਰੀ ਖੇਡ ਸੀ ਟੈਨਿਸ ਦਾ ਉਹ ਪ੍ਰੀਮੀਅਰ ਲੀਗ ਖਿਡਾਰੀ ਸੀ ਅੰਗੜਾਈ ਲਾ ਰਿਹਾ ਸਟੈਨ ਮੈਂ ਤੇਰੇ ਬਾਰੇ ਗੱਲ ਕਰਦੀ ਆ ਮੈਂ ਕਹ ਤੂੰ ਸੁਣਦਾ ਕਿ ਮੈਂ ਠੀਕ ਕਰ ਰਹੀ ਆ ਸਾਨੂੰ ਹੋਰ ਜਗ੍ਹਾ ਚਾਹੀਦੀ ਸੀ ਸਾਡੇ ਤਿੰਨ ਪੁੱਤਰ ਸਨ ਤੇ ਸਾਡੇ ਬੰਗਲੇ ਵਿੱਚ ਤਿੰਨ ਹੀ ਸੌਣ ਵਾਲੇ ਕਮਰੇ ਸਨ ਉਸਨੇ ਇਮਾਰਤ ਵਿੱਚ ਵਾਅਦਾ ਕੀਤਾ ਉਸਨੇ ਕਾਫੀ ਕੁਝ ਸਿੱਖਿਆ ਰਾਜਗਿਰੀ ਦਾ ਕੰਮ ਤਰਖਾਣਾ ਕੰਮ ਆਪ ਕੀਤਾ ਇਸ ਨੂੰ ਚੰਗੀ ਤਰ੍ਹਾਂ ਮਾਣਿਆ ਤੇ ਬੱਚਿਆਂ ਨੂੰ ਵੀ ਨਾਲ ਸ਼ਾਮਲ ਕੀਤਾ ਉਹ ਪਿਆਰ ਨਾਲ ਸਭ ਕੁਝ ਉਹਨਾਂ ਨਾਲ ਕਰਦਾ ਉਹਨਾਂ ਨੇ ਸਕਾਊਟਿੰਗ ਕੀਤੀ ਉਹ ਅਕਸਰ ਫੁੱਟਬਾਲ ਖੇਡਣ ਲੈ ਜਾਂਦਾ ਉਹ ਉਹਨਾਂ ਨੂੰ ਜੋ ਵੀ ਕਰਨਾ ਚਾਹੁੰਦੇ ਅਕਸਰ ਲੈ ਕੇ ਜਾਂਦਾ ਤੁਸੀਂ ਜਾਣਦੇ ਹੋ ਉਹ ਉਹਨਾਂ ਲਈ ਇਸ ਤਰ੍ਹਾਂ ਕਰਕੇ ਬਹੁਤ ਆਨੰਦ ਮਾਣਦਾ ਅਤੇ ਉਸ ਦੀ ਹਮੇਸ਼ਾ ਦੀ ਮੁਸਕਰਾਹਟ ਤੇ ਮਖੌਲਿਆ ਸਬਾ ਉਸ ਦੀ ਅਤੇ ਬਾਹਾਂ ਵਿੱਚ ਲੈਣ ਦੀ ਕਾਟ ਮੈਨੂੰ ਰੜਕਦੀ ਹੈ ਜੋ ਮੈਂ ਕੋਸ਼ਿਸ਼ ਕਰਾਂ ਤਾਂ ਵੀ ਹੰਗਾਰਾ ਨਹੀਂ ਮਿਲਦਾ ਅਸਲ ਵਿੱਚ ਉਹ ਬੈਜ ਪਹਿਨਦਾ ਸੀ ਕਿ ਮੇਰਾ ਨਾਮ ਸਟੈਨ ਹੈ ਤੇ ਮੈਂ ਅਲਜ਼ਾਈਮਰ ਦਾ ਮਰੀਜ਼ ਹਾਂ ਉਹ ਆਮ ਤੌਰ ਤੇ ਜਦੋਂ ਅਸੀਂ ਮਾਰਕੀਟ ਵਿੱਚ ਹੋਈਏ ਇਹ ਗੁੰਮ ਹੋ ਜਾਂਦਾ ਤੇ ਸਟੋਰ ਦੇ ਕਰਿੰਦਰ ਜਾਣਦੇ ਸਨ ਉਹ ਮੇਰੇ ਨਾਲ ਹਮੇਸ਼ਾ ਹੁੰਦਾ ਸੀ ਇਹ ਬੱਚਿਆਂ ਨਾਲ ਗੱਲਾਂ ਕਰਕੇ ਖੁਸ਼ ਹੁੰਦਾ ਸੀ ਕਈ ਮਾਪਿਆਂ ਨੂੰ ਸ਼ੱਕ ਹੁੰਦਾ ਸੀ ਕਿ ਕੋਈ ਉਪਰਾ ਬੰਦਾ ਉਹਨਾਂ ਦੇ ਬੱਚਿਆਂ ਨਾਲ ਗੱਲਾਂ ਕਰਦਾ ਹੈ ਪਰ ਮੈਂ ਉਸ ਦੇ ਬੈਜ ਲਗਾ ਦਿੱਤਾ ਕਿ ਮੈਂ ਅਲਜ਼ਾਈਮਰ ਦਾ ਮਰੀਜ਼ ਹਾਂ ਜਦੋਂ ਉਹ ਬੈਜ ਦੇਖਦੇ ਸਨ ਤਾਂ ਸਮਝ ਜਾਂਦੇ ਸਨ ਕਈ ਵਾਰੀ ਇੰਜ ਲੱਗਦਾ ਜਿਵੇਂ ਅਸੀਂ ਬਹੁਤ ਵੱਡੇ ਸੰਕਟ ਵਿੱਚ ਹਾਂ ਪਿੱਛੇ ਮੁੜ ਕੇ ਦੇਖੀਏ ਮੇਰਾ ਮਤਲਬ ਹੈ ਸਾਰੀ-ਸਾਰੀ ਰਾਤ ਬਗੈਰ ਕਿਸੇ ਗੱਲ ਕਰਨ ਤੋਂ ਨਿਕਲ ਜਾਣੀ ਇਸ ਦੇ ਨਾਲ ਮਿਲਦਾ-ਜੁਲਦਾ ਹੀ ਸੀ ਤੁਰਨਾ ਨਾ ਚਾਉਣਾ ਕਿਉਂਕਿ ਉਹ ਡਿਗ ਪਿਆਸੀ ਜਦੋਂ ਅਸੀਂ ਛੁੱਟੀਆਂ ਤੇ ਲਾਊਡਸ ਗਏ ਸੀ ਇਸ ਦੀ ਹੱਡੀ ਟੁੱਟ ਗਈ ਸੀ ਜਿਸ ਨੂੰ ਠੀਕ ਹੋਣ ਨੂੰ ਬਹੁਤ ਵਕਤ ਲੱਗਿਆ ਸੀ ਉਹ ਬੈਠਣ ਵਿੱਚ ਆਸਾਨੀ ਮਹਿਸੂਸ ਕਰਦਾ ਸੀ ਉਸ ਨੂੰ ਤੁਰਨਾ ਹੀ ਭੁੱਲ ਗਿਆ ਸੀ ਉਸ ਨੂੰ ਵੀਲ ਚਰਤੇ ਦੇਖਣਾ ਬਹੁਤ ਦੁਖਦਾਇਕ ਮਹਿਸੂਸ ਹੁੰਦਾ ਸੀ ਬੁਰੀ ਗੱਲ ਹੈ ਜੋ ਤੈਨੂੰ ਇਸ ਤਰ੍ਹਾਂ ਹੋਇਆ ਹੈ ਅਸੀਂ ਨਹੀਂ ਚਾਹੁੰਦੇ ਕਿ ਤੇਰੇ ਨਾਲ ਇੰਜ ਹੋਵੇ ਉਹ ਸਾਰੇ ਪਿਆਰ ਕਰਨ ਵਾਲਿਆਂ ਵਿੱਚ ਕਿਰਿਆ ਹੋਇਆ ਹੈ ਕਿ ਨਹੀਂ ਸਾਰਿਆਂ ਵੱਲੋਂ ਸਾਰੇ ਤੇਰੇ ਬੱਚੇ ਬੱਚੀਆਂ ਸਾਰੇ ਤੈਨੂੰ ਪਿਆਰ ਕਰਦੇ ਹਨ ਅਤੇ ਇਸ ਸਭ ਦੌਰਾਨ ਵਿੱਚ ਤੂੰ ਸੁੱਤਾ ਰਹਿੰਦਾ ਹੈ